ਮਿੱਤਰੋ, ਅੰਬਾਨੀਆਂ ਦੇ ਵਿਆਹ ਤੇ ਜਾ ਕੇ ਦਲਜੀਤ ਦਸਾਂਝ ਦੇ ਨੱਚਣ ਦੀ ਬਹੁਤ ਚਰਚਾ ਹੋ ਰਹੀ ਹੈ। ਕੋਈ ਤਾਂ ਇਸ ਨੂੰ ਗਲਤ ਕਹਿ ਰਿਹਾ ਹੈ, ਕੋਈ ਇਸ ਨੂੰ ਠੀਕ ਕਹਿ ਰਿਹਾ ਹੈ, ਤੇ ਆਪਾਂ ਅੱਜ ਚਰਚਾ ਕਰਾਂਗੇ ਕਿ ਕੀ ਦਲਜੀਤ ਦਸਾਂਝ ਦਾ ਅੰਬਾਨੀਆਂ ਤੋਂ ਪੈਸੇ ਲੈ ਕੇ ਉਹਨਾਂ ਦੇ ਵਿਆਹ ਤੇ ਜਾ ਕੇ ਨੱਚਣਾ ਠੀਕ ਸੀ ਜਾਂ ਗਲਤ ਸੀ। ਦੇਖੋ, ਇਹਦੇ ਤੇ ਦੋ ਤਰ੍ਹਾਂ ਦੇ ਵਿਚਾਰ ਨੇ। ਪਹਿਲਾ ਵਿਚਾਰ ਇਹ ਹੈ ਜਿਹੜਾ ਕਹਿ ਰਿਹਾ ਦਲਜੀਤ ਨੇ ਬੱਲੇ ਬੱਲੇ ਕਰਾ ਦਿੱਤੀ, ਦਲਜੀਤ ਨੇ ਪੰਜਾਬੀਆਂ ਦੀ ਟੌਰ ਬਣਾਤੀ, ਦਲਜੀਤ ਨੇ ਸਰਦਾਰਾਂ ਦੀ ਟੌਰ ਬਣਾਤੀ, ਤੇ ਨਾਲ ਉਹ ਇਹ ਦਲੀਲ ਦੇ ਰਹੇ ਨੇ ਵੀ ਇਹ ਤਾਂ ਦਲਜੀਤ ਦਾ ਕੰਮ ਹੈ, ਇਹ ਤਾਂ ਉਹਦੀ ਰੋਜ਼ੀ ਰੋਟੀ ਹੈ, ਤੇ ਉਹਨੇ ਪੈਸੇ ਲੈ ਕੇ ਕੀਮਤ ਲੈ ਕੇ ਆਪਣਾ ਕੰਮ ਕੀਤਾ ਹੈ। ਤੇ ਦੂਜਾ ਵਿਚਾਰ ਹੈ ਕਿ ਦਲਜੀਤ ਨੇ ਬਿਲਕੁਲ ਗਲਤ ਕੀਤਾ। ਉਹ ਵਿਚਾਰ ਇਹ ਕਹਿੰਦਾ ਹੈ ਕਿ ਅੰਬਾਨੀਆਂ ਨੇ ਜਾਣ ਬੁੱਝ ਕੇ ਆਪਣੇ ਵਿਆਹ 'ਚ ਨੱਚਣ ਲਈ ਉਹਨਾਂ ਨੂੰ ਸੱਦਿਆ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਵੇਲੇ ਅੰਬਾਨੀਆਂ ਦੇ ਪਰਿਵਾਰ ਦੇ ਉਲਟ ਬਿਆਨ ਦਿੱਤੇ ਸੀ ਅਤੇ ਕਿਸਾਨਾਂ ਦੇ ਹੱਕ 'ਚ ਖੜੇ ਸੀ। ਉਹ ਕਹਿੰਦੇ ਨੇ ਕਿ ਭਾਵੇਂ ਉਹ ਦਲਜੀਤ ਦਸਾਂਝ ਸੀ, ਭਾਵੇਂ ਉਹ ਜਿਹੜੀ ਪੌਪ ਸਟਾਰ ਰਿਹਾਨਾ ਸੀ, ਜਾਂ ਹੋਰ ਉਹ ਹਸਤੀਆਂ ਕਲਾਕਾਰਾਂ 'ਚ ਉਹ ਕਲਾਕਾਰ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ 'ਚ ਖੜੇ ਅਤੇ ਅੰਬਾਨੀਆਂ ਅਡਾਨੀਆਂ ਦੇ ਉਲਟ ਬਿਆਨ ਦਿੱਤੇ ਸੀ, ਉਹਨਾਂ ਨੂੰ ਹੀ ਅੰਬਾਨੀਆਂ ਨੇ ਪੈਸੇ ਦੇ ਕੇ ਆਪਣੇ ਵਿਆਹ 'ਤੇ ਆਪਣੇ ਪ੍ਰੋਗਰਾਮ 'ਤੇ ਨੱਚਣ ਲਈ ਬੁਲਾਇਆ। ਇਹ ਕਿਹਾ ਜਾ ਰਿਹਾ ਹੈ ਵੀ ਦੇਖੋ, ਅੰਬਾਨੀਆਂ ਨੇ ਪੂਰੀ ਦੁਨੀਆ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਕੋਲ ਪੈਸਾ ਹੈ ਅਤੇ ਅਸੀਂ ਕਿਸੇ ਨੂੰ ਵੀ ਜਮਹੂਰੀਆਂ ਦੀ ਤਰ੍ਹਾਂ ਨਚਾ ਸਕਦੇ ਹਾਂ ਆਪਣੇ ਪ੍ਰੋਗਰਾਮ 'ਤੇ। ਅਤੇ ਇਹ ਕਿਹਾ ਜਾ ਰਿਹਾ ਹੈ ਕਿ ਦਲਜੀਤ ਦਸਾਂਝ ਜਿਸ ਤਰ੍ਹਾਂ ਦੇ ਨੋਰਮਲ ਪਰਿਵਾਰ 'ਚੋਂ ਉੱਠਿਆ ਸੀ, ਉਹਨੇ ਪਹਿਲਾਂ ਹੀ ਬਹੁਤ ਦੌਲਤ ਸ਼ੌਹਰਤ ਕਮਾ ਲਈ ਹੈ, ਅਤੇ ਜੇਕਰ ਉਹ ਅੰਬਾਨੀਆਂ ਦੇ ਵਿਆਹ ਤੋਂ ਥੋੜ੍ਹੀ ਜਿਹੀ ਕਮਾਈ ਨਾ ਵੀ ਕਰਦਾ ਤਾਂ ਕੀ ਦਲਜੀਤ ਭੁੱਖਾ ਮਰ ਜਾਂਦਾ? ਕੀ ਦਲਜੀਤ ਰੋਟੀ ਕੱਪੜੇ ਮਕਾਨ ਤੋਂ ਖਾਲੀ ਹੋ ਜਾਂਦਾ? ਕੀ ਫਿਰ ਦਲਜੀਤ ਦੀ ਜ਼ਿੰਦਗੀ ਨਾ ਟੱਪਦੀ? ਜੇਕਰ ਅੰਬਾਨੀ ਵਿਆਹ ਹੀ ਨਾ ਕਰਦੇ ਜਾਂ ਵਿਆਹ 'ਤੇ ਦਲਜੀਤ ਨੂੰ ਬੁਲਾਉਂਦੇ ਹੀ ਨਾ, ਕੀ ਫਿਰ ਦਲਜੀਤ ਦਾ ਗੁਜ਼ਾਰਾ ਨਹੀਂ ਸੀ ਹੋਣਾ? ਇਹ ਵੱਡੇ ਸਵਾਲ ਨੇ ਜਿਹੜੇ ਇਹ ਫਿਜ਼ਾ 'ਚ ਘੁੰਮ ਰਹੇ ਨੇ, ਚਰਚਾ ਹੈ। ਔਰ ਦਲਜੀਤ ਤੋਂ ਲੋਕਾਂ ਨੂੰ ਇਹ ਉਮੀਦ ਨਹੀਂ ਸੀ। ਵੱਡੀ ਗਿਣਤੀ ਲੋਕ ਗਾਇਕ ਦਲਜੀਤ ਦਸਾਂਝ ਬਾਰੇ ਇਹ ਮੰਨਦੇ ਸੀ ਕਿ ਉਹ ਤਾਂ ਲੋਕਾਂ ਨਾਲ ਖੜਨ ਵਾਲਾ ਬੰਦਾ ਹੈ, ਉਹ ਤਾਂ ਇਹਨਾਂ ਕਾਰਪੋਰੇਟਾਂ ਦੇ, ਇਹਨਾਂ ਅਰਬਪਤੀਆਂ ਦੇ, ਇਹਨਾਂ ਸਰਮਾਏਦਾਰ ਘਰਾਣਿਆਂ ਦੇ ਉਲਟ ਲੋਕਾਂ ਨਾਲ ਖੜਦਾ, ਖਾਸ ਕਰ ਕਾਰਪੋਰੇਟ ਘਰਾਣਿਆਂ ਦੀ ਉਹ ਚੱਕਰੀ ਨਹੀਂ ਕਰਦਾ। ਪਰ ਜਿਸ ਤਰ੍ਹਾਂ ਦਲਜੀਤ ਦੁਸਾਂਝ ਅੰਬਾਨੀਆਂ ਦੇ ਪ੍ਰੋਗਰਾਮ 'ਚ ਗਿਆ ਔਰ ਉੱਥੇ ਉਹਨੇ ਲੰਬਾ ਟਾਈਮ ਉਹਨਾਂ ਦੇ ਫੰਕਸ਼ਨ 'ਚ ਜਾ ਕੇ ਪੈਸੇ ਲੈ ਕੇ ਡਾਂਸ ਕੀਤਾ, ਉੱਥੋਂ ਦਲਜੀਤ ਦੁਸਾਂਝ ਦੇ ਉੱਪਰ ਚੇਤਨ ਲੋਕਾਂ ਦੇ ਸਵਾਲ ਖੜ੍ਹੇ ਹੋਏ ਨੇ, ਖਾਸ ਕਰ ਕਿਸਾਨਾਂ ਅਤੇ ਮਜ਼ਦੂਰਾਂ ਦੇ। ਇੱਕ ਤਬਕਾ ਉਹ ਹੈ ਜਿਹੜਾ ਕਹਿੰਦਾ ਹੈ ਕਿ ਦਲਜੀਤ ਨੇ ਬੱਲੇ ਬੱਲੇ ਕਰਾਤੀ, ਦਲਜੀਤ ਨੂੰ ਤਾਂ ਅੰਬਾਨੀਆਂ ਦੇ ਮੁੰਡੇ ਅਨੰਤ ਅੰਬਾਨੀ ਨੂੰ ਇਹ ਕਹਿਣਾ ਪਿਆ ਵੀ 20 ਮਿੰਟ ਹੋਰ ਲਾ, ਅਤੇ ਦਲਜੀਤ ਕਹਿੰਦਾ 20 ਮਿੰਟ ਦੀ ਕੀ ਗੱਲ ਕਰਦੇ ਹੋ, ਆਪਾਂ ਅੱਧਾ ਘੰਟਾ ਹੋਰ ਲਾ ਦਿੰਦੇ ਹਾਂ। ਪਰ ਇਹਦੇ ਨਾਲ ਨਾਲ ਵੱਡਾ ਸਵਾਲ ਇਹ ਹੈ ਕਿ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ। ਅਤੇ ਸੱਚਮੁੱਚ ਮਿੱਤਰੋ, ਮੈਂ ਤਾਂ ਇਹ ਤਸਵੀਰ ਖੂਬ ਵੇਖੀ ਅਤੇ ਚੰਗੀ ਤਰ੍ਹਾਂ ਵੇਖੀ ਕਿ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ। ਕਿਉਂਕਿ ਤੁਸੀਂ ਦੇਖੋ, ਜਿਹੜੇ ਵੱਡੇ ਵੱਡੇ ਕਲਾਕਾਰ, ਬੜੇ ਮਹਿੰਗੇ ਕਲਾਕਾਰ,
ਜਿਨ੍ਹਾਂ ਨੂੰ ਲੋਕ ਬਹੁਤ ਵੱਡੀਆਂ ਹਸਤੀਆਂ ਸਮਝਦੇ ਨੇ, ਉਹ ਹਸਤੀਆਂ ਅੰਬਾਨੀਆਂ ਦੇ ਪੈਸੇ ਅੱਗੇ ਜਮੂਰੇ ਬਣ ਕੇ ਨੱਚਦੀਆਂ ਨਜ਼ਰ ਆਈਆਂ। ਵਿਆਹ ਅੰਬਾਨੀਆਂ ਦੇ ਮੁੰਡੇ ਦਾ, ਉੱਥੇ ਸ਼ਾਹਰੁਖ ਖਾਨ, ਉੱਥੇ ਅਮੀਰ ਖਾਨ, ਉੱਥੇ ਸਲਮਾਨ ਖਾਨ, ਉੱਥੇ ਦਲਜੀਤ ਦੋਸਾਂਝ, ਉੱਥੇ ਰਿਹਾਨਾ, ਉੱਥੇ ਕਰੀਨਾ ਕਪੂਰ, ਉੱਥੇ ਕ੍ਰਿਸ਼ਮਾ ਕਪੂਰ, ਜਿੰਨੇ ਵੀ ਵੱਡੇ ਹੀਰੋ ਹੀਰੋ ਇਹਨਾਂ ਨੇ ਸਾਰੇ ਉਹਨਾਂ ਦੇ ਪੈਸਿਆਂ 'ਤੇ ਨੱਚਣ ਲੱਗੇ। ਉਹਨਾਂ ਨੂੰ ਖੁਸ਼ੀ ਖੁਸ਼ੀ ਕੋਈ ਨਹੀਂ ਸੀ, ਸਿਰਫ ਪੈਸੇ ਨੇ ਉਹਨਾਂ ਦੀ ਸਟੇਜ 'ਤੇ ਉਹ ਨਚਾਏ। ਸਾਹਮਣੇ ਬਹਿ ਕੇ ਅੰਬਾਨੀ ਅਤੇ ਉਹਨਾਂ ਦੇ ਮਹਿਮਾਨ ਉਹਨਾਂ ਦਾ ਨਾਚ ਵੇਖ ਰਹੇ ਸੀ ਅਤੇ ਉਹ ਪੈਸੇ ਲੈ ਕੇ ਉਹਨਾਂ ਦੇ ਵਿਆਹ 'ਚ ਨੱਚ ਰਹੇ ਸੀ। ਵੇਖੋ, ਸੱਚਮੁੱਚ ਪੈਸਾ ਬਹੁਤ ਤਾਕਤਵਰ ਹੈ। ਇਹ ਠੀਕ ਹੈ ਕਿ ਪੈਸਾ ਸਭ ਕੁਛ ਨਹੀਂ ਹੈ, ਪੈਸਾ ਗੈਰਤ, ਅਣਖ ਅਤੇ ਇੱਜ਼ਤ ਇਹ ਚੀਜ਼ਾਂ ਨਹੀਂ ਦੇ ਸਕਦਾ, ਅਤੇ ਗੈਰਤਮੰਦਾਂ ਲਈ ਅਤੇ ਅਣਖ ਵਾਲਿਆਂ ਲਈ ਪੈਸਾ ਕੋਈ ਚੀਜ਼ ਹੁੰਦਾ ਵੀ ਨਹੀਂ ਹੈ। ਪਰ ਫਿਰ ਵੀ ਤੁਸੀਂ ਦੇਖੋ, ਉਹ ਬੰਦੇ ਦਲਜੀਤ ਦੋਸਾਂਝ ਵਰਗੇ ਜਿਹੜੇ ਕਿਸਾਨੀ ਅੰਦੋਲਨ ਵੇਲੇ ਸਿੱਧੇ ਕਿਸਾਨਾਂ ਦੇ ਪੱਖ 'ਚ ਖੜ੍ਹੇ ਅਤੇ ਅੰਬਾਨੀਆਂ ਅਡਾਨੀਆਂ 'ਤੇ ਸਵਾਲ ਖੜ੍ਹੇ ਕਰਦੇ ਰਹੇ, ਇਹੀ ਦਲਜੀਤ ਦੋਸਾਂਝ ਕਿਸਾਨੀ ਅੰਦੋਲਨ ਵੇਲੇ ਕੰਗਣਾ ਰਣੌਤ ਵਰਗੀਆਂ ਦੇ ਨਾਲ ਬਹਿਸਦਾ ਰਿਹਾ, ਇੱਟ ਖੜਕੇ ਲੈਂਦਾ ਰਿਹਾ, ਅਤੇ ਅੱਜ ਉਹੀ ਦਲਜੀਤ ਦੋਸਾਂਝ ਜਿਹੜਾ ਉਹ ਚੰਦ ਪੈਸਿਆਂ ਦੀ ਖਾਤਰ ਅੰਬਾਨੀਆਂ ਦੇ ਵਿਆਹ 'ਚ ਜਾ ਕੇ ਉਹਨਾਂ ਅੱਗੇ ਟਪੂਸੀਆਂ ਮਾਰਦਾ ਰਿਹਾ, ਨੱਚਦਾ ਰਿਹਾ। ਇਹ ਮੈਂ ਨਹੀਂ ਕਹਿੰਦਾ, ਇਹ ਲੋਕ ਕਹਿੰਦੇ ਨੇ, ਔਰ ਲੋਕ ਇਹ ਕਹਿੰਦੇ ਨੇ, ਖਾਸ ਕਰ ਕਿਸਾਨ ਮਜ਼ਦੂਰ ਕਹਿੰਦੇ ਨੇ ਕਿ ਦਲਜੀਤ ਦੋਸਾਂਝ ਤੋਂ ਸਾਨੂੰ ਇਹ ਉਮੀਦ ਨਹੀਂ ਸੀ। ਉਹ ਕਹਿੰਦੇ ਸਾਨੂੰ ਉਮੀਦ ਸੀ ਕਿ ਦਲਜੀਤ ਆਪਣੀ ਜ਼ਮੀਰ ਵੇਚ ਕੇ ਕਦੇ ਵੀ ਪੈਸੇ ਲੈ ਕੇ ਉਹਨਾਂ ਦੀਆਂ ਸਟੇਜਾਂ 'ਤੇ ਡਾਂਸ ਨਹੀਂ ਕਰੇਗਾ, ਨਹੀਂ ਨਾਚ ਕਰੇਗਾ ਜਿਨ੍ਹਾਂ ਨੂੰ ਉਹ ਗਲਤ ਕਹਿੰਦਾ ਜਾਂ ਗਲਤ ਸਮਝਦਾ। ਉਹ ਕਹਿੰਦੇ ਕਿ ਕਿਸਾਨ ਮਜ਼ਦੂਰ ਅੱਜ ਵੀ ਲੜ ਰਹੇ ਨੇ, ਅੱਜ ਵੀ ਉਹਨਾਂ 'ਤੇ ਗੋਲੀਆਂ ਚੱਲ ਰਹੀਆਂ ਨੇ। ਔਰ ਕਿਸਾਨ ਮਜ਼ਦੂਰ ਕਹਿੰਦੇ ਨੇ ਕਿ ਸਰਕਾਰਾਂ ਜਿੰਨੀਆਂ ਵੀ ਨੀਤੀਆਂ ਲਾਗੂ ਕਰ ਰਹੀਆਂ ਨੇ, ਅਸਲ 'ਚ ਉਹ ਸਰਕਾਰਾਂ ਨਹੀਂ ਕਰ ਰਹੀਆਂ, ਉਹ ਨੀਤੀਆਂ ਕਾਰਪੋਰੇਟ ਘਰਾਣਿਆਂ ਦੀਆਂ ਨੇ, ਉਹ ਅੰਬਾਨੀਆਂ ਅਡਾਨੀਆਂ ਦੀਆਂ ਨੇ। ਔਰ ਦਲਜੀਤ ਦੋਸਾਂਝ ਵਰਗਿਆਂ ਨੂੰ ਤਾਂ ਇਹ ਗੱਲ ਸਮਝਣੀ ਚਾਹੀਦੀ ਸੀ ਕਿ ਅਸੀਂ ਇਹ ਕੀ ਕਰ ਰਹੇ ਹਾਂ, ਕਿਉਂ ਕਰ ਰਹੇ ਹਾਂ ਅਤੇ ਕਿੰਨਾ ਵਾਸਤੇ ਕਰ ਰਹੇ ਹਾਂ। ਖੈਰ, ਚਰਚਾ ਬਹੁਤ ਰਹੀ ਦਲਜੀਤ ਦੋਸਾਂਝ ਦੀ, ਕਿਉਂਕਿ ਦਲਜੀਤ ਦੋਸਾਂਝ ਦੇ ਨਾਲ ਜਿਹੜਾ ਮੁਕੇਸ਼ ਅੰਬਾਨੀ ਦਾ ਮੁੰਡਾ ਅਨੰਤ ਅੰਬਾਨੀ, ਜਿਹਦੀ ਇਹ ਪ੍ਰੀ ਵੈਡਿੰਗ ਸੈਰੇਮਨੀ ਸੀ, ਉਹਨੇ ਜਦੋਂ ਖੁਦ ਕਿਹਾ ਕਿ 20 ਮਿੰਟ ਹੋਰ, ਤਾਂ ਇਹਦੀ ਚਰਚਾ ਦੋ ਤਰ੍ਹਾਂ ਨਾਲ ਹੋਈ ਹੈ। ਕੁਝ ਲੋਕ ਕਹਿੰਦੇ ਕਿ ਦਲਜੀਤ ਨੇ ਦਿਲ ਜਿੱਤ ਲਿਆ ਉਹਨਾਂ ਦਾ, ਅਤੇ ਕੁਝ ਲੋਕ ਕਹਿੰਦੇ ਕਿ ਅਗਲਿਆਂ ਨੇ ਇਹ ਦਿਖਾਇਆ ਦੁਨੀਆ ਨੂੰ ਕਿ ਜਿਹੜਾ ਸਾਡੇ 'ਤੇ ਸਵਾਲ ਚੁੱਕਦਾ ਅਸੀਂ ਆਪਣੇ ਘਰ ਨੱਚਣ ਲਈ ਵੀ ਬੁਲਾ ਲੈਂਦੇ ਹਾਂ। ਅਤੇ ਉਹ ਜਿਵੇਂ ਸ਼ੋਲੇ ਫਿਲਮ ਦਾ ਇੱਕ ਡਾਇਲੋਗ ਸੀ, ਬਸੰਤੀ ਇਨ ਕੁੱਤੋ ਕੇ ਸਾਹਮਣੇ ਮਤ ਨੱਚਣਾ, ਉਹਦੇ 'ਚ ਇੱਕ ਗੈਰਤ ਸੀ, ਇੱਕ ਅਣਖ ਸੀ। ਅਤੇ ਲੋਕ ਇਹ ਕਹਿੰਦੇ ਨੇ ਕਿ ਉਹਨਾਂ ਨੇ ਆਪਣੇ ਵਿਆਹ 'ਤੇ ਦਲਜੀਤ ਵਰਗਿਆਂ ਨੂੰ ਪੈਸੇ ਦੇ ਕੇ ਨਚਾ ਕੇ ਇਹ ਸਾਬਤ ਕੀਤਾ ਕਿ ਕਾਕਾ ਜੀ ਸਾਡੇ ਖਿਲਾਫ ਨਾ ਬੋਲੋ, ਅਸੀਂ ਤੁਹਾਡੇ ਵਰਗਿਆਂ ਨੂੰ ਘਰੇ ਸੱਦ ਕੇ ਨਚਾ ਸਕਦੇ ਹਾਂ, ਸਾਡੇ ਕੋਲ ਇਹ ਹੈ ਤਾਕਤ। ਅਤੇ ਉਹ ਤਾਕਤ ਕਾਹਦੀ ਹੈ? ਪੈਸੇ ਦੀ। ਅਤੇ ਪੈਸੇ ਦੇ ਸਾਹਮਣੇ ਤਾਂ ਵੱਡੇ ਵੱਡੇ ਜਮੂਰੇ ਬਣ ਜਾਂਦੇ ਨੇ। ਹਾਂ, ਜਿਹੜੇ ਅਣਖੀ ਨੇ ਉਹ ਤਾਂ ਤਾਜਾਂ ਤਖਤਾਂ ਨੂੰ ਵੀ ਠੋਕਰ ਮਾਰ ਦਿੰਦੇ ਨੇ, ਉਹ ਤਾਂ ਜੁੱਤੀ 'ਤੇ ਰੱਖਦੇ ਨੇ ਭਾਵੇਂ ਕੋਈ 500 ਕਰੋੜ ਦੇ ਦੇਵੇ, ਪਰ ਗੈਰਤ, ਅਣਖ ਅਤੇ ਵਿਚਾਰਧਾਰਾ ਉਹਨਾਂ ਲਈ ਮੁੱਖ ਹੁੰਦੀ ਹੈ। ਪਰ ਦਲਜੀਤ ਦੋਸਾਂਝ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵਿਆਹ 'ਤੇ ਪ੍ਰੀ ਵੈਡਿੰਗ ਸੈਰੇਮਨੀ 'ਤੇ ਗਿਆ, ਉੱਥੇ ਨੱਚਿਆ, ਅਤੇ ਉਹਦੀ ਚਰਚਾ ਹੋਣੀ ਹੀ ਸੀ, ਚਰਚਾ ਹੋਈ ਹੈ, ਚਰਚਾ ਰਿਹਾਨਾ ਦੀ ਵੀ ਹੋਈ ਹੈ।
ਕਿਉਂਕਿ ਰਿਹਾਨਾ ਨੇ ਵੀ ਉਦੋਂ ਟਵੀਟ ਕੀਤੇ ਸੀ ਕਿਸਾਨਾਂ ਦੇ ਹੱਕ 'ਚ, ਅਤੇ ਰਿਹਾਨਾ ਨੂੰ ਵੀ ਉਹਨਾਂ ਨੇ ਬੁਲਾਇਆ, ਉਹਨਾਂ ਨੇ ਉਹ ਸਾਰੇ ਸੱਦੇ ਜਿਹੜੇ ਉਦੋਂ ਉਹਨਾਂ ਦੇ ਉਲਟ ਖੜ੍ਹੇ ਸੀ। ਸੋ ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ। ਤੁਸੀਂ ਹੋਰ ਸੁਣੋ, ਅੰਬਾਨੀਆਂ ਨੇ ਆਪਣੀ ਇਸ ਪ੍ਰੀ ਵੈਡਿੰਗ ਸੈਰਾਮਨੀ ਦੇ ਉੱਪਰ ਕਹਿੰਦੇ ਜੀ 1000 ਕਰੋੜ ਤੋਂ ਵੱਧ ਪੈਸਾ ਲਾਇਆ। ਕਹਿੰਦੇ ਜੀ ਉੱਥੇ ਬਿਲ ਗੇਟਸ ਆਇਆ, ਉੱਥੇ ਮਾਰਕ ਜ਼ੁਕਰਬਰਗ ਜਿਹੜਾ ਫੇਸਬੁੱਕ ਦਾ ਮਾਲਕ ਹੈ ਉਹ ਆਇਆ, ਉੱਥੇ ਜੀ ਗੂਗਲ ਦਾ CEO ਆਇਆ, ਉੱਥੇ ਦੁਨੀਆ ਦੇ ਵੱਡੇ ਵੱਡੇ ਸਰਮਾਏਦਾਰ ਆਏ, ਵੱਡੇ ਵੱਡੇ ਅਮੀਰ ਅਤੇ ਰਾਈਸ ਆਏ। ਕਹਿੰਦੇ ਜੀ ਅੰਬਾਨੀਆਂ ਨੇ ਦਿਖਾਤਾ ਕਿ ਸਾਡੇ ਕੋਲ ਪੈਸੇ ਦੀ ਤਾਕਤ ਹੈ, ਅਤੇ ਨਾਲ ਇਹ ਵੀ ਬਿਆਨ ਆ ਗਿਆ ਵੀ ਅੰਬਾਨੀਆਂ ਨੇ ਆਪਣੇ 1 ਦਿਨ ਦੀ ਕਮਾਈ ਦਾ 1% ਖਰਚਿਆ। ਫਿਰ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਕਿੰਨਾ ਕੁ ਪੈਸਾ ਹੈ ਉਹਨਾਂ ਕੋਲ। ਅਤੇ ਸਭ ਤੋਂ ਵੱਡੀ ਗੱਲ ਜਿਹੜੀ ਚਰਚਾ ਯੋਗ ਹੈ, ਜਾਮ ਨਗਰ ਜਿਹੜਾ ਅਹਿਮਦਾਬਾਦ ਹੈ ਉੱਥੇ ਅੰਬਾਨੀਆਂ ਨੇ ਆਪਣਾ ਇਹ ਪ੍ਰੋਗਰਾਮ ਕੀਤਾ, ਅਤੇ ਉੱਥੇ ਦਾ ਜਿਹੜਾ ਹਵਾਈ ਅੱਡਾ ਹੈ ਜਾਮਨਗਰ ਦਾ ਉਹ ਡੋਮੈਸਟਿਕ ਏਅਰਪੋਰਟ ਹੈ, ਘਰੇਲੂ ਹਵਾਈ ਅੱਡਾ, ਅਤੇ ਉਹਨੂੰ ਕੇਂਦਰ ਸਰਕਾਰ ਨੇ 10 ਦਿਨਾਂ ਲਈ ਸਪੈਸ਼ਲ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਇਆ। ਸਪੈਸ਼ਲ ਚਿੱਠੀਆਂ ਗ੍ਰਹਿ ਮੰਤਰਾਲੇ ਵੱਲੋਂ, ਰੱਖਿਆ ਮੰਤਰਾਲੇ ਵੱਲੋਂ ਕੱਢੀਆਂ ਗਈਆਂ ਕਿ ਜਾਮਨਗਰ ਨੂੰ 10 ਦਿਨ ਦੇ ਲਈ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਇਆ ਜਾਂਦਾ ਹੈ। ਵਾਹ ਬਈ ਵਾਹ, ਇਹਨੂੰ ਕਹਿੰਦੇ ਆ ਤਕੜੇ ਦਾ 70ਵੀਂ ਹਿੱਸਾ, ਇਹਨੂੰ ਕਹਿੰਦੇ ਆ ਜਿਸਕੀ ਲਾਠੀ ਉਸਕੀ ਭੈਂਸ। ਇਸੇ ਕਰਕੇ ਤਾਂ ਕਿਸਾਨ ਅਤੇ ਹੋਰ ਲੋਕ ਇਹ ਕਹਿੰਦੇ ਨੇ ਕਿ ਸਰਕਾਰਾਂ ਅੰਬਾਨੀਆਂ ਅਡਾਨੀਆਂ ਦੀ ਮੁੱਠੀ 'ਚ ਨੇ। ਹੁਣ ਤੁਸੀਂ ਵੇਖੋ ਉਹਨਾਂ ਦਾ ਵਿਆਹ ਸੀ ਅਤੇ ਸਰਕਾਰ ਨੇ ਘਰੇਲੂ ਹਵਾਈ ਅੱਡੇ ਨੂੰ 10 ਦਿਨ ਲਈ ਕੌਮਾਂਤਰੀ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਤਾ, ਅਤੇ ਇੱਥੇ ਮਹਾਤੜਾਂ ਦਾ ਵਿਆਹ ਹੋਵੇ। ਅਤੇ ਜੇ ਉਹ ਕਹਿ ਦਿੰਦਾ ਵੀ ਆਹ ਜਿਹੜੀ ਸਰਕਾਰੀ ਬੱਸ ਹੈ ਬਾਈ ਜੀ, ਸਿਰਫ 1 ਦਿਨ ਲਈ ਸਾਡੇ ਸੈਂਕੜੇ ਰਿਸ਼ਤੇਦਾਰਾਂ ਨੇ ਉਤਰਨਾ ਚੜ੍ਹਨਾ ਹੈ, ਆ ਸਾਡੇ ਘਰਾਂ ਕੋਲ ਮਾੜੀ ਜਿਹੀ ਬ੍ਰੇਕ ਲਵਾ ਦਿਓ, ਚਾਹੇ ਅੱਧਾ ਪਿੰਡ ਸਾਰਾ ਪਿੰਡ ਜਾ ਕੇ ਉੱਥੇ ਬੱਸ ਸਟੈਂਡ ਦੇ ਵਿੱਚ ਜਿਹੜਾ ਜਨਰਲ ਮੈਨੇਜਰ ਹੁੰਦਾ, GM ਹੁੰਦਾ, ਉਹਨੂੰ ਮਿੰਟਾਂ ਕਰ ਲਵੇ। ਪਰ ਬੱਸ ਨਹੀਂ ਰੁਕੇਗੀ, ਆਮ ਬੰਦੇ ਉਹਨਾਂ ਕੋਲ ਤਾਂ ਆਪਣੇ ਵਿਆਹ ਕਰਨ ਦੇ ਲਈ ਸਾਂਝੀ ਥਾਂ 'ਤੇ ਉਹਨਾਂ ਨੂੰ ਟੈਂਟ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਅਤੇ ਅੰਬਾਨੀ ਤਾਂ ਅੰਬਾਨੀ ਹੋਏ ਨਾ, ਫਿਰ ਉਹ ਤਾਂ ਫਿਰ ਅੰਬਾਨੀ ਹੋਏ, ਇਸ ਕਰਕੇ ਉਹਨਾਂ ਲਈ 10 ਦਿਨਾਂ ਵਾਸਤੇ ਹਵਾਈ ਅੱਡਾ ਜਿਹੜਾ ਹੈ ਉਹਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦਰਜਾ ਦੇ ਦਿੱਤਾ। ਬਹੁਤ ਮਿਹਰਬਾਨੀ, ਸ਼ੁਕਰੀਆ।